ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਵਿੱਚ ਸੱਤਾ ਦੇ ਕਾਬਜ ਮਾਨ ਸਰਕਾਰ ਦੇ ਵੀਰਵਾਰ ਨੂੰ 50 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਇੱਕ ਬਿਆਨ ਜਾਰੀ ਕਰਕੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 26,454 ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਦੇ ਲਈ ਨੌਜਵਾਨਾਂ ਨੂੰ ਡਿਗਰੀ ਦੇ ਹਿਸਾਬ ਨਾਲ ਨੌਕਰੀ ਮਿਲੇਗੀ। ਸਿਫਾਰਿਸ਼ ਤੇ ਰਿਸ਼ਵਤਖੋਰੀ ਨਹੀਂ ਚੱਲੇਗੀ। ਸਰਕਾਰ ਵੱਲੋਂ ਬਿਨਾਂ ਕਿਸੇ ਸਿਫਾਰਿਸ਼ ਤੇ ਪੂਰੀ ਪਾਰਦਰਸ਼ਤਾ ਨਾਲ ਭਰਤੀ ਕੀਤੀ ਜਾਵੇਗੀ। ਇਸ ਤੋਂ ਅੱਗੇ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਹੋਰ ਵੀ ਪ੍ਰਾਈਵੇਟ ਤੇ ਸਰਕਾਰੀ ਨੌਕਰੀਆਂ ਉਪਲਬਧ ਕਰਵਾਈਆਂ ਜਾਣਗੀਆਂ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ਵਿੱਚ ਪੰਚਾਇਤ ਅਤੇ ਹੋਰ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਪੰਚਾਇਤੀ ਜ਼ਮੀਨਾਂ ਤੋਂ ਹਰ ਹਾਲ ਵਿੱਚ ਨਜਾਇਜ਼ ਕਬਜ਼ੇ ਛੁਡਵਾਏ ਜਾਣਗੇ, ਭਾਵੇਂ ਇਹਨਾਂ ਜ਼ਮੀਨਾਂ ਤੇ ਗਲਤ ਢੰਗ ਨਾਲ ਕਾਬਜ਼ ਲੋਕ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਣ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਸੂਬੇ ਭਰ ਵਿੱਚ 100 ਏਕੜ ਤੋਂ ਵੱਧ ਰਕਬੇ ਤੋਂ ਨਜਾਇਜ਼ ਕਬਜ਼ੇ ਖਾਲੀ ਕਰਵਾਏ ਜਾ ਚੁੱਕੇ ਹਨ। ਉਹਨਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਜਾਬ ਵਿੱਚ 79 ਏਕੜ 1 ਕਨਾਲ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ ਹੈ। ਉਹਨਾਂ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਬਲਾਕ ਭੋਗਪੁਰ ਦੇ ਪਿੰਡ ਬੁੱਲੋਵਾਲ ਵਿਖੇ 22 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਮਸਲੇ ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅੱਜ ਦਾ ਨਹੀਂ ਸਗੋਂ ਬਚਪਨ ਤੋਂ ਕਿਸਾਨੀ ਦਾ ਹੀ ਦੇਸ਼ੀ ਹਾਂ। ਉਹਨਾਂ ਨੇ ਕਿਹਾ ਕਿ ਅੱਜ ਕਿਸਾਨੀ ਦੀ ਬੁਨਿਆਦ ਹੀ ਪੂਰੀ ਤਰ੍ਹਾਂ ਹਿੱਲੀ ਪਈ ਹੈ। ਅੱਜ ਦੇ ਸਮੇਂ ਵਿੱਚ 35 ਰੁਪਏ ਦਾ ਬੀਜ ਕਿਸਾਨਾਂ ਨੂੰ 250 ਰੁਪਏ ਵਿੱਚ ਲੈਣਾ ਪੈ ਰਿਹਾ ਹੈ। ਕੱਲ੍ਹ ਲੁਧਿਆਣਾ ਵਿੱਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਮੂੰਗੀ ਤੇ ਬਾਸਮਤੀ ਤੇ MSP ਦਿੱਤੀ ਜਾਵੇਗੀ। ਸੀਐਮ ਮਾਨ ਨੇ ਇਸ ਦੌਰਾਨ ਕਿਹਾ ਕਿ ਅੱਜ ਅਸੀਂ 26,554 ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ ਹੈ। ਨੌਜਵਾਨਾਂ ਨੂੰ ਨੌਕਰੀਆਂ ਪਿਛਲੀਆਂ ਸਰਕਾਰਾਂ ਵੀ ਦੇ ਸਕਦੀਆਂ ਸਨ, ਪਰ ਉਹਨਾਂ ਲੋਕਾਂ ਦੀ ਇੱਛਾ ਸਿਰਫ ਲੋਕਾਂ ਨੂੰ ਲੁੱਟਣ ਤੱਕ ਦੀ ਸੀ। ਉਹਨਾਂ ਨੇ ਕਿਹਾ ਕਿ ਕਈ ਫੈਸਲੇ ਲਾਗੂ ਹੋ ਚੁੱਕੇ ਹਨ ਤੇ ਕਈ ਫੈਸਲੇ ਵਿਧਾਨ ਸਭਾ ਦੇ ਇਸ ਸੈਸ਼ਨ ਵਿੱਚ ਪਾਸ ਕਰਕੇ ਲਾਗੂ ਕਰਵਾ ਦਿੱਤੇ ਜਾਣਗੇ। ਪੰਜਾਬੀ ਏਕਤ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ। ਵਿਰੋਧੀ ਧਿਰਾਂ ਦੇ ਲੀਡਰ ਕਈ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹਨ, ਪਰ ਇਸ ਵੇਲੇ ਕਈ ਕੁਝ ਬਦਲਿਆ ਨਜ਼ਰ ਆ ਰਿਹਾ ਹੈ। ਇਸ ਦੀ ਮਿਸਾਲ ਇੱਕ ਵਾਰ ਫਿਰ ਮਿਲੀ ਜਦੋਂ ਬੱਸਾਂ ਨਾ ਰੁਕਣ ਦੀ ਸ਼ਿਕਾਇਤ ਤੇ ਹੀ ਕੈਬਨਿਟ ਮੰਤਰੀ ਖੁਦ ਚੈਕਿੰਗ ਕਰਨ ਲਈ ਪਹੁੰਚ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਦੀ ਇਸ ਕਾਰਵਾਈ ਲਈ ਸੋਸ਼ਲ ਮੀਡੀਆ ਉੱਪਰ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਦੱਸ ਦਈਏ ਕਿ GT ਰੋਡ ਤੇ ਸਥਿਤ ਜੰਡਿਆਲਾ ਗੁਰੂ ਬੱਸ ਸਟੈਂਡ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਬੁੱਧਵਾਰ ਨੂੰ ਸਵੇਰੇ ਅਚਨਚੇਤ ਜਾਂਚ ਕੀਤੀ। ਬੀਤੇ ਦਿਨੀ ਸ਼ਹਿਰ ਵਾਸੀਆਂ ਨੇ ਕੈਬਨਿਟ ਮੰਤਰੀ ਨੂੰ ਬੱਸ ਅੱਡੇ ਤੇ ਸਰਕਾਰੀ ਬੱਸਾਂ ਨਾ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਮਗਰੋਂ ਹਰਭਜਨ ਸਿੰਘ ਨੇ ਜੰਡਿਆਲਾ ਗੁਰੂ ਦੇ ਬੱਸ ਅੱਡਾ ਇੰਚਾਰਜ ਨੂੰ ਇਹ ਸਮੱਸਿਆ ਹੱਲ ਕਰਨ ਦੇ ਹੁਕਮ ਦਿੱਤੇ ਸਨ। ਇਸੇ ਤਹਿਤ ਅੱਜ ਮੰਤਰੀ ਨੇ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਉਹਨਾਂ ਨੇ ਵੇਖਿਆ ਕਿ ਕੁਝ ਵਿਦਿਆਰਥੀ ਔਰਤਾਂ ਤੇ ਮੁਲਾਜ਼ਮ ਅੱਡੇ ਤੇ ਬੱਸਾਂ ਉਡੀਕ ਰਹੇ ਸਨ, ਪਰ 2 ਬੱਸਾਂ ਅੱਡੇ ਤੇ ਨਾ ਆ ਕੇ ਪੁਲ ਉੱਪਰੋਂ ਲੰਘ ਗਈਆਂ। ਕੈਬਨਿਟ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅੱਡਾ ਇੰਚਾਰਜ ਨੂੰ ਤਲਬ ਕਰਦਿਆਂ ਜਨਰਲ ਮੈਨੇਜਰ ਨੂੰ ਉਸਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਨਤਕ ਥਾਵਾਂ ਤੇ ਸਫਾਈ ਰੱਖਣ ਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨ ਦੇ ਵੀ ਹੁਕਮ ਕੀਤੇ ਹਨ। ਇਸ ਮੌਕੇ ਉਹਨਾਂ ਨੇ ਸਵਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਸਵਾਰੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬੱਸ ਅੱਡਿਆਂ ਦੀ ਅਚਨਚੇਤ ਜਾਂਚ ਕਰਦੇ ਰਹਿਣਗੇ। ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ ਮਨਿੰਦਰਪਾਲ ਸਿੰਘ ਨੇ ਦੱਸਿਆ, ਡਿਊਟੀ ਤੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀ ਜਵਾਬ ਤਲਬੀ ਕੀਤੀ ਗਈ ਹੈ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਬੇਸਿਕਲੀ ਅੱਜ ਸਾਰੇ ਵਿਧਾਇਕ ਬੁਲਾਏ ਸੀਗੇ ਪੂਰੇ ਪੰਜਾਬ ਭਰ ਤੋਂ, ਜਿੱਥੇ ਮਾਰੀਓ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕਾਲ ਕੀਤੀ ਤੇ ਸਾਰਿਆਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸੁਣੀਆਂ ਗਈਆਂ, ਕਿਉਂਕਿ ਸਰਕਾਰ ਨੇ ਬਜਟ ਪੇਸ਼ ਕਰਨਾ, ਚੰਗਾ ਬਜਟ ਬਣਾਉਣ ਦੇ ਲਈ ਸਾਰੇ ਹਲਕਿਆਂ ਦੀਆਂ ਸਮੱਸਿਆਵਾਂ ਆਉਣੀਆਂ ਜਿਹੜੀਆਂ ਬਹੁਤ ਜ਼ਰੂਰੀ ਸੀ ਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੁੱਖ ਮੰਤਰੀ ਸਾਹਿਬ ਦਾ। ਸਾਰੀਆਂ ਸਾਂਝੀਆਂ ਸਮੱਸਿਆਵਾਂ ਨੇ ਪੂਰੇ ਪੰਜਾਬ ਭਰ ਦੀਆਂ। ਜੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਬਹੁਤ ਸਾਰੇ ਹਲਕਿਆਂ ਦੇ ਵਿੱਚ ਸਮੱਸਿਆ ਹੋਊਗੀ। ਜੇ ਅਸੀਂ ਸੂਏ ਕੱਸੀਆਂ ਦੀ ਸਾਫ਼ ਸਫਾਈ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਸਮੱਸਿਆ ਆਊਗੀ, ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਕਦੇ ਧਿਆਨ ਹੀ ਨਹੀਂ ਦਿੱਤਾ। ਉਹ ਅੱਜ ਨਹੀਂ ਖਰਾਬ ਹੋਈਆਂ ਸੂਏ ਕੱਸੀਆਂ, ਲੋਕਾਂ ਦੇ ਖੇਤਾਂ ਨੂੰ ਪਾਣੀ ਅੱਜ ਨਹੀਂ ਰੁਕਿਆ, ਉਹ ਇਹਨਾਂ ਸਰਕਾਰਾਂ ਵੇਲਿਆਂ ਦਾ ਰੁਕਿਆ ਹੋਇਆ, ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਉਹ ਕਾਂਗਰਸ ਦੀ ਸਰਕਾਰ ਸੀ, ਜਦੋਂ ਧਿਆਨ ਨਹੀਂ ਦਿੱਤਾ ਤਾਂ ਪਾਣੀ ਸਟੱਕ ਹੁੰਦਾ ਸਟੱਕ ਹੋ ਗਿਆ, ਤੇ ਜਿਹਦੇ ਲਈ ਬਜਟ ਦੀ ਲੋੜ ਹੈ ਇਸ ਵੇਲੇ। ਸੋ ਅੱਜ ਬੜੀ ਸੋਹਣੀ ਜਿਹੜੀ ਆ ਡਿਸਕਸ਼ਨ ਹੋਈ ਆ, ਇਸੇ ਲਈ ਸਭ ਨੂੰ ਬੁਲਾਇਆ ਗਿਆ ਸੀਗਾ ਕਿ ਇੱਕ ਬੈਟਰ ਤਰੀਕੇ ਨਾਲ ਸਰਕਾਰ ਆਪਣਾ ਬਜਟ ਦੇ। ਬਿਜਲੀ ਨੂੰ ਲੈ ਕੇ ਗੱਲ ਹੋਈ, ਬਿਜਲੀ ਦੀ ਚ ਬਹੁਤ ਜ਼ਿਆਦਾ ਸਰਕਾਰ ਨੂੰ ਮੈਂ ਤਾਂ ਵਧਾਈ ਦਿੰਦੀ ਹਾਂ ਲੋਕਾਂ ਨੂੰ ਕਿ ਜਿਹੜੀ ਵਾਅਦਾ ਕੀਤਾ ਸੀਗਾ 300 ਯੂਨਿਟ ਦੀ ਬਿਜਲੀ ਦੀ ਮਾਫੀ ਦੀ, ਉਹ ਸਾਡੀ ਸਰਕਾਰ ਨੇ ਪੂਰਾ ਕੀਤਾ ਹੈ। ਇਸ ਵੇਲੇ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਬਿਤ ਹੋਈ ਹੈ, ਕਿਉਂਕਿ
ਆਪਾਂ ਵੀ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਜਿਹੜੇ ਲੋਕ ਲਗਾਤਾਰ ਤਪਾਏ ਹੋਏ ਹੁੰਦੇ ਸੀਗੇ ਕਿ ਸਾਨੂੰ ਬਿਜਲੀ ਦੇ ਕੱਟ ਇੰਨੇ ਨੇ ਲੱਗ ਰਹੇ ਆ। ਪਹਿਲੀ ਸਰਕਾਰ ਆ ਜਿਹੜੀ ਇਸ ਵੇਲੇ ਬਿਜਲੀ ਪੂਰੀ ਕਰਦੀ ਹੋਈ ਮੈਨੂੰ ਦੱਸਦੀ ਆ ਕਿ ਜਿਨ੍ਹਾਂ ਨੇ ਇੱਕ ਦਿਨ ਦੀ ਸ਼ਾਇਦ ਪ੍ਰੋਬਲਮ ਆਈ ਸੀ, ਇੱਕ ਦਿਨ ਤੋਂ ਬਾਅਦ ਲੋਕ ਜਿਹੜੇ ਆ ਰਾਹਤ ਇਸ ਵੇਲੇ ਮਹਿਸੂਸ ਕਰ। 50 ਦਿਨਾਂ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਫੈਸਲੇ ਲਏ, ਲਾਗੂ ਵੀ ਕੀਤੇ। ਅੱਜ 50ਵੇਂ ਦਿਨ ਇੱਕ ਬਹੁਤ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨੀ ਹੈ ਕਿ 26,454 ਨੌਕਰੀਆਂ ਦਾ ਇਸ਼ਤਿਹਾਰ ਜਿਹੜਾ, ਨੋਟੀਫਿਕੇਸ਼ਨ ਜਿਹੜਾ, ਉਹ ਅੱਜ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੋਇਆ। ਤੁਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੇ ਕਿਸੇ ਵੀ ਅਖਬਾਰ ਦੇ ਵਿੱਚ ਵੱਖ ਵੱਖ ਮਹਿਕਮਿਆਂ ਦੇ ਅਸਾਮੀਆਂ ਦੇ ਇਸ਼ਤਿਹਾਰ ਦੇਖ ਸਕਦੇ ਹੋ, ਅਤੇ ਜੇ ਤੁਸੀਂ ਖੁਦ ਅਪਲਾਈ ਕਰਨਾ ਕਰ ਸਕਦੇ ਹੋ, ਡਿਗਰੀ ਮੁਤਾਬਕ ਨੌਕਰੀ ਮਿਲੂਗੀ, ਕੋਈ ਸਿਫਾਰਿਸ਼ ਜਾਂ ਕੋਈ ਰਿਸ਼ਵਤਖੋਰੀ ਨਹੀਂ ਚੱਲੂਗੀ। ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ, ਪਾਰਦਰਸ਼ ਤਰੀਕੇ ਨਾਲ ਜਿਹੜਾ ਇਹ ਭਰਤੀ ਹੋਊਗੀ, ਕਿਉਂਕਿ ਅਸੀਂ ਵਾਅਦਾ ਕੀਤਾ ਸੀ ਕਿ ਹਰੇ ਰੰਗ ਦਾ ਪੈੱਨ ਜੇ ਲੋਕਾਂ ਨੇ ਸਾਨੂੰ ਦਿੱਤਾ ਤਾਂ ਉਹ ਲੋਕਾਂ ਦੇ ਹੱਕ 'ਚ ਚੱਲੂਗਾ। ਲੋਕਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਬੁਝਦੀ ਜਾਂਦੀ ਹੈ ਉਹਨੂੰ ਅਸੀਂ ਬਚਾਉਣਾ। ਸੋ 26,454 ਨੌਕਰੀਆਂ ਜਿਹੜੀਆਂ ਕੱਢੀਆਂ ਨੇ, ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਸਾਰੀਆਂ ਨੌਕਰੀਆਂ, ਹੋਰ ਵੀ ਬਹੁਤ ਸਾਰੇ ਪ੍ਰਾਈਵੇਟ ਸੈਕਟਰ 'ਚ, ਸਰਕਾਰੀ ਸੈਕਟਰ 'ਚ ਨੌਕਰੀਆਂ ਜਿਹੜੀਆਂ ਨੇ ਉਹਨਾਂ ਦੇ ਇਸ਼ਤਿਹਾਰ ਵਗੈਰਾ ਆਉਂਦੇ ਰਹਿਣਗੇ। ਮੈਂ ਤੁਹਾਡੇ ਹੱਕ 'ਚ ਕੰਮ ਕਰ ਰਿਹਾ, ਮੈਂ ਜਿਹੜਾ ਵੀ ਫੈਸਲਾ ਲੈਣਾ ਮੈਂ ਲੋਕਾਂ ਦੇ ਹੱਕ ਵਾਸਤੇ ਲੈਣਾ। ਇਸ ਤੋਂ ਪਹਿਲਾਂ ਜੋ ਹੋਇਆ ਬਹੁਤ ਤਾਣੀ ਉਲਝੀ ਪਈ ਸੀ, ਉਹਨੂੰ ਵੀ ਠੀਕ ਕਰਦੇ ਆ ਜਾਂਦੇ ਹਾਂ ਅਸੀਂ। ਤੁਹਾਡਾ ਸਹਿਯੋਗ ਚਾਹੀਦਾ, ਸਹਿਯੋਗ ਦਿਓ, ਸਮਰਥਨ ਦਿਓ। ਹਜੇ 50 ਦਿਨ ਹੋਏ ਨੇ, 50 ਦਿਨਾਂ ਦੇ ਵਿੱਚ ਹੀ ਇੰਨੇ ਕੰਮ ਕਰਕੇ ਲਾਗੂ ਕਰਤੇ, ਇਕੱਲੇ ਐਲਾਨ ਨਹੀਂ ਲਾਗੂ ਵੀ ਕਰਤੇ। ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ, ਬਜਟ ਦੇ ਵਿੱਚ ਤੁਹਾਨੂੰ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਮਿਲਣਗੀਆਂ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਬਹੁਤ ਸਾਰਾ ਸਾਥ ਦੇ ਰਹੇ ਹੋ, ਚਾਹੇ ਉਹ ਸੋਸ਼ਲ ਮੀਡੀਆ ਰਾਹੀਂ, ਚਾਹੇ ਈਮੇਲ ਰਾਹੀਂ, ਚਾਹੇ ਕਿਸੇ ਵੀ ਹੋਰ ਤਰੀਕੇ ਰਾਹੀਂ ਤੁਸੀਂ ਸਰਕਾਰ ਦਾ ਹੌਸਲਾ ਵਧਾ ਰਹੇ ਹੋ। ਤੁਸੀਂ ਜਦੋਂ ਹੌਸਲਾ ਵਧਾਉਂਦੇ ਹੋ ਤਾਂ ਮੇਰੀ ਹਿੰਮਤ ਦੁੱਗਣੀ ਵੱਧ ਜਾਂਦੀ ਹੈ। ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਅਤੇ ਸਾਡਾ ਮਹਿਕਮ ਜਾਤੀ ਵਿਕਾਸ ਅਤੇ ਪੰਚਾਇਤੀ ਰਾਜ, ਅਸੀਂ ਪੰਜਾਬ ਦੇ ਅੰਦਰ ਸਭ ਭਾਈਚਾਰੇ, ਸਭ ਜਾਤੀਆਂ, ਸਭ ਧਰਮਾਂ ਦੀ ਬਰਾਬਰ ਜਿੱਤ ਕਰਦੇ ਹਾਂ। ਭਾਰਤੀ ਕਾਨੂੰਨ ਅਨੁਸਾਰ, ਪੰਜਾਬ ਦੇ ਕਾਨੂੰਨ ਅਨੁਸਾਰ ਜਿਹੜਾ ਵੀ ਸਾਡੇ ਐਸੀ ਭਾਈਚਾਰੇ ਦਾ ਪੰਜਾਬ ਦੇ ਵਿੱਚ ਹੱਕ ਬਣਦਾ, ਪੰਚਾਇਤੀ ਰਾਜ ਦੀਆਂ ਜ਼ਮੀਨਾਂ ਦੀਆਂ ਬੋਲੀਆਂ ਦੇ ਟਾਈਮ 'ਤੇ ਸਭ ਨੂੰ ਉਹਨਾਂ ਦਾ ਹੱਕ ਜਿਹੜਾ ਉਹ ਮਿਲੂਗਾ। ਕਾਨੂੰਨ ਅਨੁਸਾਰ ਅਸੀਂ ਹਰ ਕੰਮ ਕਰਾਂਗੇ ਜੋ ਸਾਡਾ ਕਾਨੂੰਨ ਕਹਿੰਦਾ, ਅਸੀਂ ਕੋਈ ਵੀ ਗੈਰ ਕਾਨੂੰਨੀ ਗੱਲ ਨਹੀਂ ਕਰਾਂਗੇ। ਮੇਰੀ ਆਪਣੇ ਅਫਸਰਾਂ ਨੂੰ ਬੇਨਤੀ ਹੈ, DDPO ਸਾਹਿਬ ਨੂੰ, BDO ਸਾਹਿਬ ਨੂੰ, ADC ਸਾਹਿਬ ਨੂੰ, ਕਿ ਜਦੋਂ ਵੀ ਪੰਚਾਇਤੀ ਰਾਜ ਦੀਆਂ ਜ਼ਮੀਨਾਂ ਦੀ ਬੋਲੀ ਕਰਾਉਂਦੇ ਆ ਤਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਭ ਵਰਗਾਂ ਨੂੰ ਜਿਹੜਾ ਉਹਦਾ ਹੱਕ ਬਣਦਾ ਉਹ ਦੇਣਾ ਚਾਹੀਦਾ, ਔਰ ਅਸੀਂ ਦੇਣਾ, ਸਾਡੀ ਕਮਿਟਮੈਂਟ ਹੈ। ਸਾਡੀ ਸਰਕਾਰ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰੂਗੀ, ਇਸ ਕਰਕੇ ਪੰਚਾਇਤਾਂ ਦੀਆਂ ਜ਼ਮੀਨਾਂ ਦੇ ਵਿੱਚ ਅਸੀਂ ਸਾਰੇ ਵਰਗਾਂ ਨੂੰ ਬਣਦਾ ਮਾਨ ਸਨਮਾਨ, ਉਹਨਾਂ ਦਾ ਬਣਦਾ ਹੱਕ ਜਿਹੜਾ ਉਹ ਦੇਵਾਂਗੇ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਕਿਸੇ ਨੂੰ ਫਾਰਮ ਫਰਾਉਣ ਦੀ ਲੋੜ ਨਹੀਂ। ਇੱਕ ਕੰਪਲੇਨੈਂਟ ਹੈ ਅਮਰਜੀਤ ਸਿੰਘ, ਇਹਨਾਂ ਨੇ ਕੰਪਲੇਂਟ ਦਿੱਤੀ ਸੀਗੀ, ਪਹਿਲਾਂ DC ਮਲੇਰਕੋਟਲਾ ਨੂੰ ਦਿੱਤੀ ਸੀਗੀ ਵੀ ਪਟਵਾਰੀ ਜਿਹੜਾ ਹੈਗਾ ਮੇਰੇ ਤੋਂ ਇੰਤਕਾਲ ਕਰਨ ਦੇ ਪੈਸੇ ਮੰਗ ਰਿਹਾ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਪਟਵਾਰੀ ਕੋਲ ਗਏ, ਪਟਵਾਰੀ ਨੇ ਡਿਮਾਂਡ ਕੀਤੀ, ਪਟਵਾਰੀ ਨੇ ਕਿਹਾ ਵੀ ਤੁਸੀਂ ਆਪਣੇ ਨੰਬਰਦਾਰ ਨੂੰ ਨਾਲ ਲਿਆਓ। 10,000 ਦੀ ਡਿਮਾਂਡ ਕੀਤੀ, ਜਿਸ ਵੇਲੇ ਪੈਸੇ ਲੈ ਕੇ ਗਏ ਪਟਵਾਰੀ ਉਸ ਵੇਲੇ ਬਾਹਰ ਚਲਾ ਗਿਆ। ਪਟਵਾਰੀ ਨੇ ਆਪਣੇ ਆਫਿਸ ਦੇ ਵਿੱਚ ਇੱਕ ਪ੍ਰਾਈਵੇਟ ਬੰਦਾ ਜਿਹੜਾ ਹੈਗਾ ਆਪਣਾ ਨਾਲ ਚੇਲਾ ਰੱਖਿਆ ਹੋਇਆ ਸੀਗਾ, ਜਿਹਨੂੰ ਬਰਨਾਲਾ ਕਹਿ ਕੇ ਬੁਲਾਉਂਦੇ ਸੀਗੇ। ਉਹ ਬਰਨਾਲੇ ਨੇ ਜਿਹੜਾ ਚੇਲੇ ਨੇ ਪੈਸੇ ਆਪਣੇ ਹੱਥ ਨਾਲ ਫੜੇ ਅਤੇ ਆਪਣੇ ਡਰਾਅਰ ਵਿੱਚ ਰੱਖ ਦਿੱਤੇ। ਇਹ ਵੀਡੀਓ ਰਿਕਾਰਡਿੰਗ ਸਾਰੀ ਕੰਪਲੇਨੈਂਟ ਨੇ ਕਰ ਲਈ ਸੀਗੀ। ਉਸ ਤੋਂ ਬਾਅਦ ਕੰਪਲੇਨੈਂਟ ਨੇ ਜੋ CM ਪੰਜਾਬ ਸ਼੍ਰੀ ਭਗਵੰਤ ਮਾਨ ਜੀ ਵੱਲੋਂ ਕਰਪਸ਼ਨ ਦੇ ਅਗੇਂਸਟ ਔਨਲਾਈਨ ਪੋਰਟਲ ਤਿਆਰ ਕੀਤਾ ਗਿਆ, ਉਸਦੇ ਉੱਪਰ ਕੰਪਲੇਂਟ 27 ਤਰੀਕ ਨੂੰ ਮਾਰਚ 22 ਮਾਰਚ ਨੂੰ ਕੰਪਲੇਂਟ ਪਾ ਦਿੱਤੀ ਸੀਗੀ। ਉਹਦੇ ਇਨਕੁਆਇਰੀ ਦੇ ਸੰਬੰਧ ਵਿੱਚ ਅੱਗੇ ਦਾ ਕੀਤਾ ਪਟਵਾਰੀ ਜਿਹੜੇ ਦੀਦਾਰ ਸਿੰਘ ਨੂੰ ਅਤੇ ਉਸ ਦੇ ਨਾਲ ਜਿਹੜੇ ਲੰਬੜਦਾਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ।
अरैसट करके इन्हों पर रिमांड लिता गया। जेड़े इन्हों के बैंक अकाउंट्स वगैरह है तो इन्हों के घर की जी सर्च की गई है। इस वे फिलहाल जो 33 के करीब जड़िया रजिस्ट्रीज इन्हों के घरों मिली ने जी अड अड नाम से ने उन्होंने वेरीफाई किया जा रहा है किस दया ने जोड़े बैंक अकाउंट्स है वह भी वेरीफाई किए जा रहे अराउंड 25 लाख के करीब इन्होंने बैंक अकाउंट्स के है। इस अलावा HDFC बैंक इन्हों लॉकर है वो दीदार सिंह कोर्ट के थ्रू ऑर्डर लैके लॉकर जोड़ा सर्च करना सगा लेकिन दीदार सिंह ने कह दिता भी मेरे को चाबी जी मिसप्लेस हो गई है हूँ फर्दर द्वारा कोर्ट तो अभी ऑर्डर लैके अगर कार्रवाई कर। नवजोत सिद्धू ने ट्वीट कर कि मैं अपने खिलाफ बातें अक्सर मैं खामोशी से सुनता हूँ समय उसका जवाब दे किस तरह उन्होंने ट्वीट के मायने की समझो। नहीं मैं किसी के ट्वीट का कोई मायने कदे कढ़िया नहीं वो साढ़े सरकार योग ने हर व्यक्ति मैं कांग्रेस पार्टी का प्रधान बनया मैनू किसी चीज़ की कोई ओ नहीं है छोटी उम्र च बन गया मैं सबनों जोड़ना चाहना आप दे नाल लैके मैं किसी नूं तोड़ना नहीं चाहता हूँ मैं ये किन्ना कामयाब हो पाना है सबनों जोड़न दे विच मैं आपकी संभव कोशिश करूँगा हर व्यक्ति नूं प्यार नाल अगर उरी ईगो हर्ट हुई है वो नीवा होके होर नीवा होके होर नीवा होके कि सबनों नाल जोड़ बजट तो बनाना जेडे माहिर है उन्होंने भी औखा हो जाता है कि मैं बनाना ये केवल मेरे पंजाब के भोले भाले लोगों उस बदलाव के रूप के बेवकूफ बनाया जा रहा है और ये लोगों ने किसी ने सुझाव बचाने पेट्रोल करना हाँ बिल्कुल जे लोगों ने कहता कि 10 रुपए क्यों 5 रुपए क्यों नहीं लोगों ने कहा फिर फलान पॉलिसी वो नहीं किसी ने मैनू लगता है केवल बेवकूफ बनाने की गल है किसी ने कोई बहुत चंगा सवाल तुसी कीता कि जे लोगों ने कहा 10 रुपए पेट्रोल कर देंगे तो फिर ये कर देंगे क्योंकि लोग तो सहूलत चाहते हैं लोग तो ये चाहते हैं कि मेरा घर किवें चंगे तरीके चले ये लोगों की कोशिश होंगी होनी भी चाहिए है तो सरकार ने बजट देना होंगे कि आपके रिसोर्सिज के राही कि किन्ना कसी जनता का वो तो फायदा कर सकते हैं पर मैनू लगता है इश्तहार देने गल करनी बिल्कुल बचकाना है मैं ये बारे भी कि जो एक सरकार बनती है एक ओथ लिती जाती है सहु चुकी जाती है जिथे हर मिनिस्टर चीफ मिनिस्टर सहु चुकता है कि जो भेद सरकार के हो गए जो सीक्रेसी होगी सरकार की मिनिस्टर कितने बाहर दस नहीं सकू करूगा दूगा हर भेद सरकार ने अपने को रखूगा बाहर नहीं दसूगी चेयर करूगा इतने आन साल क्योंकि केजरीवाल का हुक्म केजरीवाल ने चलाना सी ते उन्हें अफसर बुलाने शुरू कर दते जो अफसर बुलाने लगे मीडिया च आ गया मीडिया च आ गया तो फिर इन्होंने सोचा कि राह लभीए अग्रीमेंट कर लिया MOU कर लिया 14 डिपार्टमेंट का MOU करके उन्होंने कहा कि असी अफसर एक्सचेंज करांगे पर मकसद की सी कि जेड़े फैसले केजरीवाल ने कराने सी ते अफसरों नूं बुलाना सी लोगों की मीडिया सवाल ना चके लोकी पंजाब दे सवाल ना चके एक राह बनया जिहड़ा अनकॉन्सटीट्यूशनल है असी उन्हूं कहा अनकॉन्सटीट्यूशनल है फैडरल ढांचे की वायलेशन है दूजी गल वायलेशन जिहड़ी हैगी ओथ सीक्रेसी जिहड़ी ओथ है मिनिस्टर की चीफ मिनिस्टर ओथ की वायलेशन है सो जी ओथ की वायलेशन होंगी है तो गवर्नर साहब डिसमिस भी कर सकते सरकार एड्डी सीरियस वायलेशन ओथ की है कॉन्स्टिट्यूशन की वायलेशन तो इस करके असी गवर्नर साहब को बेनती की कि आ जरा पैक्ट है इमीजिएटली रद्द किया जाए तो ये एक्शन लीगल लिता जाए इनकुआरी करा के जे वायलेशन ऑफ लीगल ओपीनियन लैके इन्हों की सरकार के खिलाफ एक्शन लिता जाए क्योंकि जिस तरीके सरकार चल रही है भगवंत मान चीफ मिनिस्टर नहीं है पंजाब का चीफ मिनिस्टर पंजाब का केजरीवाल है तुसी हर स्टेटमेंट जे बिजली दे संकट है चेयरमैन बिजली बोर्ड के पावर सैकटरी जाते कितने है केजरीवाल को दिल्ली जाते उन्हें अफसर को जाते हैं जे लॉ एंड ऑर्डर की गल आती है गुजरात में केजरीवाल बयान दिता है कि असी दोषियों को फड़ांगे पंजाब के दोषी जिन्हें पटियाला इंसिडेंट किया केजरीवाल कौन होंदा है बयान देना की वो पंजाब का चीफ मिनिस्टर है बयान जी आए तो भगवंत मान को देना चाहिए राघव चड्ढा कौन है इहदा मतलब नहीं है कि जो मर्जी आके इत्थे पंजाबियों के उत्ते राज करना कोशिश करने की कोशिश की जा रही है वो पंजाबी बर्दाश्त नहीं करेंगे।